ਆਜ਼ਾਦੀ ਦੀ ਲੜਾਈ ਦੇ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਗਦਰੀ ਬਾਬਿਆਂ ਦਾ ਅੱਜ ਚਿੱਤਰ 18 ਚਿੱਤਰ ਕੇਂਦਰੀ ਅਜਾਇਬ ਘਰ ਦੇ ਵਿੱਚ ਲਗਾਏ ਗਏ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਪਹਿਲ ਕੀਤੀ ਗਈ ਹੈ, ਜਿਹਦੇ ਵਿੱਚ ਕੇਂਦਰੀ ਅਜਾਇਬ ਘਰ ਦੇ ਵਿੱਚ 18 ਚਿੱਤਰ ਲਗਾਏ ਗਏ ਨੇ। ਮੇਰੇ ਨਾਲ ਨੇ ਕੈਨੇਡਾ ਤੋਂ MP ਸੁਖ ਧਾਲੀਵਾਲ ਜੀ। ਧਾਲੀਵਾਲ ਸਾਹਿਬ ਜੀ, ਅੱਜ 18 ਗਦਰੀ ਬਾਬਿਆਂ ਦੇ ਜਿਹੜੇ ਗਦਰੀ ਯੋਧੇ ਸੀਗੇ ਉਸ ਟਾਈਮ 'ਤੇ, ਆਜ਼ਾਦੀ ਦਾ ਸੰਘਰਸ਼ ਕੀਤਾ ਸੀ ਉਹਨਾਂ ਨੇ, ਉਹ ਕੁਰਬਾਨੀ ਦਿੱਤੀ ਸੀ, ਉਹਨਾਂ ਦੇ ਚਿੱਤਰ ਸ਼ੋਭਿਤ ਕੀਤੇ ਗਏ ਨੇ ਕੇਂਦਰੀ ਅਜਾਇਬ ਘਰ ਦੇ ਵਿੱਚ। ਕੀ ਕਹੋਗੇ? ਦੇਖੋ, ਅੱਜ ਬੀਬੀ ਹਰਨਾਮ ਕੌਰ ਕੈਨੇਡਾ ਅਤੇ 17 ਹੋਰ ਜਿਹੜੇ ਗਦਰੀ ਯੋਧੇ ਜਿਨ੍ਹਾਂ ਨੇ ਲੜਾਈ ਲੜੀ ਬਰਾਬਰਤਾ ਦੀ, ਇਕੁਐਲਿਟੀ ਦੀ ਕੈਨੇਡਾ ਦੇ ਵਿੱਚ, ਉਹਨਾਂ ਦੇ ਚਿੱਤਰ ਇੱਥੇ ਲਾਏ। ਮੈਂ ਵਧਾਈ ਦਿੰਦਾ ਗੁਰਦੁਆਰਾ ਸਾਹਿਬ ਸਿੰਘ ਸਭਾ ਜਿਹੜੇ ਮੇਰੀ ਕੰਸਟੀਟੂਐਂਸੀ 'ਚ ਨੇ, ਔਰ ਜਿਹੜੀ ਗਦਰ ਮੈਮੋਰੀਅਲ ਸੁਸਾਇਟੀ ਜਿਨ੍ਹਾਂ ਨੇ ਲੀਡਰਸ਼ਿਪ ਦਿਖਾਈ, ਔਰ SGPC ਨੂੰ ਰਿਕੁਐਸਟ ਕੀਤੀ ਔਰ SGPC ਨੇ ਉਹ ਰਿਕੁਐਸਟ ਜਿਹੜੀ ਸੀ ਉਹਨੂੰ ਅਕਸੈਪਟ ਕੀਤਾ, ਅਸੀਂ ਬਹੁਤ ਧੰਨਵਾਦੀ ਹਾਂ। ਔਰ ਜਦੋਂ ਅਸੀਂ ਦੇਖਦੇ ਹੈਗੇ ਹਾਂ ਇਹਨਾਂ ਯੋਧਿਆਂ ਨੂੰ ਜਾਂ ਇਹਨਾਂ ਗਦਰੀ ਬਾਬਿਆਂ ਨੂੰ, ਇਹਨਾਂ ਦੀਆਂ ਕੁਰਬਾਨੀਆਂ ਦਾ ਸਦਕਾ ਹੀ ਦੇਖਦੇ ਹਾਂ ਕਿ ਅੱਜ ਮੇਰੇ ਵਰਗੇ ਇਨਸਾਨ ਜਿਹੜੇ ਨੇ ਉਹ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਬੈਠੇ ਹੈਗੇ ਆ। ਔਰ ਇਕੱਲਾ ਪਾਰਲੀਮੈਂਟ ਹੀ ਨਹੀਂ, ਇਨਫੈਕਟ ਜਦੋਂ ਦੇਖਦੇ ਹਾਂ ਤਾਂ ਹਿੰਦੁਸਤਾਨੀ ਜਿਹੜੇ ਨੇ, ਪੰਜਾਬੀ ਔਰ ਸਿੱਖ ਜਿਹੜੇ ਨੇ, ਉਹ ਕੈਨੇਡਾ ਦੇ ਹਰ ਕਿੱਤੇ ਦੇ ਵਿੱਚ ਜਿਹੜੀਆਂ ਕੈਨੇਡੀਅਨਜ਼ ਨੂੰ ਸਰਵਿਸਿਜ ਪ੍ਰੋਵਾਈਡ ਕਰ ਰਹੇ ਨੇ। ਔਰ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਹਿੰਦੁਸਤਾਨ ਹੈਰੀਟੇਜ ਦੇ ਜਿਹੜੇ ਮੈਂਬਰ ਪਾਰਲੀਮੈਂਟ ਜਿਹੜੇ ਨੇ ਉਹ ਉੱਥੇ ਚੁਣੇ ਗਏ ਨੇ। ਸੋ ਇਹ ਗਦਰੀ ਬਾਬਿਆਂ ਨੇ ਜਿਹੜੇ ਕੁਰਬਾਨੀ ਕੀਤੀ ਸੀ ਉਹਨਾਂ ਦੀ ਦੇਣ ਆ। ਮੈਂ ਅੱਜ ਬੜਾ ਸਕੂਨ ਮਹਿਸੂਸ ਕਰ ਰਿਹਾ ਔਰ ਵਧਾਈ ਦਿੰਦਾ ਗੁਰਦੁਆਰਾ ਸਿੰਘ ਸਭਾ ਨੂੰ, ਜਿਹੜੇ ਮੇਰੇ ਕੰਸਟੀਟੂਐਂਸੀ ਨੇ, ਕਿ ਉਹਨਾਂ ਨੇ ਇਹ ਲੀਡਰਸ਼ਿਪ ਜਿਹੜੀ ਇਹ ਦਿਖਾਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 18 ਯੋਧਿਆਂ ਦੇ ਅੱਜ ਚਿੱਤਰ ਸੁਸ਼ੋਭਿਤ ਕੀਤੇ ਗਏ ਨੇ। ਸਾਰਾ ਕੁਝ ਤੁਹਾਡੇ ਉਦਮਾਂ ਸਦਕਾ ਹੋਇਆ ਹੈ ਕਿ, ਪਰ 1913 ਦੇ ਵਿੱਚ ਇਹ ਗਦਰੀ ਪਾਰਟੀ ਹੋਂਦ ਚਾਹੀ ਸੀਗੀ, ਪਰ ਉਸ ਤੋਂ ਬਾਅਦ ਦਾ ਹੁਣ ਦਾ ਸਮੇਂ ਵਿੱਚ ਦਾ ਗੈਪ ਕਾਫੀ ਸਮੇਂ ਆ ਕਿ ਉਹਨਾਂ ਨੂੰ ਉਹਨਾਂ ਦੇ ਚਿੱਤਰ, ਉਹਨਾਂ ਯੋਧਿਆਂ ਦੇ ਚਿੱਤਰ ਸੁਸ਼ੋਭਿਤ ਕਰਨੇ, ਕੀ ਇਹ ਦੇਰੀ ਦਾ ਕਾਰਨ ਕੀ ਸਮਝਦੇ ਹੋ? ਦੇਖੋ, ਐਟਲੀਸਟ ਜਿਹੜੀ ਹੈਗੀ ਆ ਕਿ ਕਿਸੇ ਨਾ ਕਿਸੇ ਨੂੰ ਲੀਡਰਸ਼ਿਪ ਲੈਣੀ ਪੈਂਦੀ। ਤੁਸੀਂ ਕਿਹਾ ਵੀ ਗਦਰ ਜਿਹੜੀ ਪਾਰਟੀ 1913 'ਚ ਆਈ ਔਰ 1914 ਦੇ ਵਿੱਚ ਜਹਾਜ਼ ਕਾਮਾ ਗਾਟਾ ਮਾਰੂ ਦਾ ਮੋੜਿਆ ਗਿਆ, ਉਹਨੂੰ ਵੀ ਸਮਾਂ ਲੱਗਿਆ। ਪਰ ਪਿਛਲੀ ਪਾਰਲੀਮੈਂਟ ਦੇ ਵਿੱਚ ਸਾਡੇ ਆਦਰੀਆ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਉਹਨਾਂ ਨੇ ਵੀ ਉਸ ਦੀ ਮਾਫ਼ੀ ਮੰਗੀ ਕਿ ਉਹੋ ਜਿਹੇ ਕਾਲਾ ਜਿਹੜਾ ਚਿੰਨ੍ਹ ਸੀਗਾ ਉਹ ਕੈਨੇਡਾ ਦੀ ਹਿਸਟਰੀ ਦੇ ਵਿੱਚ ਸੀਗਾ। ਇਹ ਕੈਨੇਡਾ ਦੇ ਵਿੱਚ ਜਿਹੜੇ 100 ਸਾਲ ਤੋਂ ਵੱਧ ਜਿਹੜਾ ਸਮਾਂ ਹੋ ਗਿਆ, ਇਹ ਜਿਹੜੀ ਲਹਿਰ ਜਿਹੜੀ ਸੀਗੀ ਉੱਥੋਂ ਜਿਹੜੀ ਆ ਉਹ ਚੱਲੀ ਹੈਗੀ। ਮੈਂ ਮੰਨਦਾ ਕਿ ਦੇਰ ਹੋਈ, ਪਰ ਐਟਲੀਸਟ ਇਹ ਹੋ ਗਿਆ ਕਿ ਅੱਜ ਉਹਨੂੰ ਰੈਕੋਗਨਾਈਜ਼ ਕਰਕੇ ਸਾਡੀਆਂ ਆਉਣ ਵਾਲੀਆਂ ਜਨਰੇਸ਼ਨ ਜਿਹੜੀਆਂ ਉਹਨੂੰ ਇਹ ਇੰਸਪਾਇਰ ਕਰੂਗੀ ਕਿ ਸਾਡੇ ਵਡਪੁਰਖਾਂ ਨੇ ਇੰਨੀ ਕਾਲਣਾ ਕਾਲੀ ਸੀ ਉਸ ਦੇਸ਼ 'ਚ ਬੈਠ ਕੇ ਹਿੰਦੁਸਤਾਨ ਦੀ ਆਜ਼ਾਦੀ ਲਈ ਔਰ ਕੈਨੇਡਾ ਦੇ ਵਿੱਚ ਬਰਾਬਰਤਾ ਦੀ ਆਜ਼ਾਦੀ ਲਈ, ਜਸਟਿਸ ਲਈ ਉਹ ਜਿਹੜੇ ਸੀਗੇ ਉਹ ਯੋਧੇ ਜਿਹੜੇ ਸੀਗੇ ਬੀਬੀ ਹਰਨਾਮ ਕੌਰ ਅਤੇ 17 ਹੋਰ ਜਿਹੜੇ ਉਹ ਗਦਰੀ ਬਾਬੇ ਜਿਹੜੇ ਸੀ ਉਹ ਇਸ ਗੱਲ ਲਈ ਲੜਾਈ ਕੀਤੀ। ਅੱਜ ਜਿਹੜੇ ਚਿੱਤਰ ਲਗਾਏ ਗਏ ਨੇ ਉਹ ਸਿਰਫ ਕੈਨੇਡਾ ਦੇ ਹੀ ਗਦਰ ਪਾਰਟੀ ਨਾਲ ਬਿਲੋਂਗ ਨੇ ਜਾਂ ਬਾਹਰ ਦੇ ਹੋਰ ਵੀ ਨੇ, ਜਿਸਰੇ ਜਿਹੜੇ ਮੁਲਕਾਂ ਦੇ ਵਿੱਚ, ਕਿਉਂਕਿ ਕੈਨੇਡਾ ਅਮੈਰੀਕਾ ਤਾਂ ਹੋਰ ਮੁਲਕਾਂ ਦੇ ਵਿੱਚ ਸ਼ੁਰੂ ਹੋਈ ਸੀ? ਮੈਜੋਰਟੀ ਜਿਹੜੇ ਨੇ ਉਹ ਕੈਨੇਡਾ ਦੇ ਵਿੱਚੋਂ ਹੀ ਜਿਹੜੇ ਨੇ ਉਹ ਆਏ ਹੈਗੇ ਨੇ। ਹਾਂਜੀ, ਮੈਂ ਇੱਕ ਪਰਸਨਲੀ ਗੱਲ ਹੈ ਜੀ, ਜੇ ਗੱਲ ਕਰੀਏ ਕਿ ਸਟੂਡੈਂਟਸ ਜਾ ਰਹੇ ਨੇ ਕੈਨੇਡਾ ਦੇ ਵਿੱਚ, ਮਗਰ ਉੱਥੇ ਜਿਹੜੇ ਹਾਲਾਤ ਨੇ, ਜੋ ਉਹਨਾਂ ਦਾ ਰਹਿਣ ਸਹਿਣ ਹੋ ਰਿਹਾ, ਉਹਨਾਂ ਦੇ ਨਾਲ ਬਹੁਤ ਉਹ ਮਹਿਸੂਸ ਕਰਦੇ ਨੇ ਕਿ ਕਾਫੀ ਕੁਛ ਸੀਗਾ ਪਰ ਇੱਥੇ ਉਹ ਜੋ ਚੀਜ਼ਾਂ ਹੈਗੀਆਂ ਨੇ ਉਹ ਨਹੀਂ ਮਿਲਣੀਆਂ। ਕੰਮ ਕਰਨ ਲਈ ਉਹਨਾਂ ਨੂੰ ਟਾਈਮ ਘੱਟ ਮਿਲ ਰਿਹਾ ਹੈ ਜਾਂ ਉਹਨਾਂ ਨੇ ਆਪਣਾ ਇਨੀਸ਼ੀਅਲ ਸਟੇਜ ਜਿਹੜੀ ਹੈ ਉਹਨਾਂ ਨੇ ਉੱਥੇ ਕਾਫੀ ਸੰਘਰਸ਼ ਕਰਨਾ ਪੈਂਦਾ। ਤੁਸੀਂ, ਕਿਉਂਕਿ ਪਹਿਲੇ ਵੀ ਕਿਹਾ ਗਿਆ ਸੀਗਾ ਕਿ ਹੈਲਪ ਕਰਨ ਲਈ ਗੁਰਦੁਆਰਾ ਕਮੇਟੀਆਂ ਨੂੰ ਵੀ ਜਥੇਦਾਰ ਸਾਹਿਬ ਨੇ ਕਿਹਾ ਸੀਗਾ, ਕਿਆ ਉਹਦੇ ਵਿੱਚ ਅਸੀਂ ਕੁਛ ਕਰ ਰਹੇ ਹਾਂ ਜੀ? ਬਹੁਤ, ਦੇਖੋ, ਬਹੁਤ ਸਾਰੇ ਲੋਕ ਔਰ ਗੁਰਦੁਆਰਾ ਸੰਸਥਾਵਾਂ ਵੀ ਹੈਲਪ ਕਰਦੇ, ਪਰ ਗੌਰਮੈਂਟ ਨੇ ਵੀ ਬੜੀ ਵੱਡੀ ਹੈਲਪ ਕੀਤੀ। ਜਦੋਂ ਅਸੀਂ ਦੇਖਦੇ ਹਾਂ, ਇੱਕ ਪਾਸੇ ਤਾਂ ਇੰਨੀ ਵੱਡੀ ਗਿਣਤੀ ਦੇ ਵਿੱਚ ਅਸੀਂ ਕੈਨੇਡਾ ਜਿਹੜਾ ਖੋਲ੍ਹਿਆ, ਕਿਉਂਕਿ ਅਸੀਂ ਸਟੂਡੈਂਟ ਟੂ ਸਿਟੀਜ਼ਨਸ਼ਿਪ ਜਿਹੜੀ ਆ, ਐਜੂਕੇਸ਼ਨ ਟੂ ਸਿਟੀਜ਼ਨਸ਼ਿਪ ਕ੍ਰੀਏਟ ਕੀਤੀ, ਔਰ ਉਹਦੇ ਵਿੱਚ ਇੱਕ ਸਟੂਡੈਂਟ ਨੂੰ 20 ਘੰਟੇ ਕੰਮ ਕਰਨ ਦਾ ਸਮਾਂ ਮਿਲਦਾ। ਜੇ $15 ਘੰਟਾ ਹੋਵੇ ਤਾਂ $1300 ਮਹੀਨਾ ਬਣ ਜਾਂਦਾ। $1300 ਦੇ ਵਿੱਚ ਇੱਕ ਵਧੀਆ ਤਰੀਕੇ ਨਾਲ ਜਿਹੜਾ ਸਟੂਡੈਂਟ ਆ ਉਹ ਆਪਣੀ ਜ਼ਿੰਦਗੀ ਜੋੜ ਸਕਦਾ। ਪਰ ਸਾਨੂੰ ਇਹ ਨਹੀਂ ਚਾਹੀਦਾ ਕਿ ਜਦੋਂ ਅਸੀਂ ਉੱਧਰ ਭੇਜਦੇ ਹਾਂ ਕਿ ਮਾਪੇ ਉਹ ਐਕਸਪੈਕਟ ਕਰਨ ਕਿ ਬੱਚੇ ਉਦੋਂ ਹੀ ਸਾਨੂੰ ਪੈਸੇ ਭੇਜਣੇ ਸ਼ੁਰੂ ਕਰਨ। ਇਹ ਜਿਹੜੀ ਆ ਵੱਡੀ ਸਮੱਸਿਆ ਆ ਰਹੀ, ਅਤੇ ਮੈਂ ਇਹੀ ਬੇਨਤੀ ਕਰ ਰਿਹਾ ਕਿ ਜਦੋਂ ਬੱਚੇ ਪੜ੍ਹਨ ਲਈ ਜਾਂਦੇ ਆ ਚੰਗੀ ਤਰ੍ਹਾਂ ਪੜ੍ਹਾਈ ਕਰਨ, ਪੜ੍ਹਾਈ ਕਰਨ ਤੋਂ ਬਾਅਦ ਜਿਹੜਾ ਉਹ ਸਟੂਡੈਂਟ ਟੂ ਜਿਹੜੀ ਸਿਟੀਜ਼ਨਸ਼ਿਪ ਆ ਉਸ ਪ੍ਰੋਸੈਸ ਨੂੰ ਫੋਲੋ ਕਰਦੇ ਜਿਹੜਾ ਵਾ ਉਸ 'ਤੇ ਉਹਨਾਂ ਨੂੰ ਫੋਕਸ ਜਿਹੜਾ ਉਹ ਕਰਨਾ ਚਾਹੀਦਾ। ਸ਼ੁਕਰੀਆ ਧਾਲੀਵਾਲ ਸਾਹਿਬ।
ਇਹ ਸਨ ਕੈਨੇਡਾ ਦੇ ਐਮ ਪੀ ਸੁਖ ਧਾਲੀਵਾਲ, ਜਿਨ੍ਹਾਂ ਨੇ ਦੱਸਿਆ ਜਿਹੜੇ ਕਿ ਗਦਰੀ ਮੂਵਮੈਂਟ ਦੇ ਵਿੱਚ ਕੈਨੇਡਾ ਤੋਂ ਜਿਹੜੇ ਲੋਕਾਂ ਨੇ ਸੰਘਰਸ਼ ਵਿੱਢਿਆ ਸੀਗਾ, ਉਹਨਾਂ ਦੇ 18 ਲੋਕਾਂ ਦੇ ਚਿੱਤਰ ਜਿਹੜੇ ਆ ਸੁਸ਼ੋਭਿਤ ਕੀਤੇ ਗਏ ਨੇ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਦਮਾਂ ਸਦਕਾ ਇਹ ਹੋਇਆ ਉਪਰਾਲਾ ਹੋਇਆ ਹੈ। ਸੋ ਨਾਲ ਹੀ ਉਹਨਾਂ ਨੇ ਵੀ ਕਿਹਾ ਹੈ ਕਿ ਜਿਹੜੇ ਕੈਨੇਡਾ ਜਾਂਦੇ ਪੜ੍ਹਾਈ ਦੇ ਜਾਂਦੇ ਸਟੂਡੈਂਟਸ ਨੇ ਉਹ ਪੜ੍ਹਾਈ ਕਰਨ, ਉਸ ਤੋਂ ਬਾਅਦ ਸਿਰਫ ਜਦੋਂ 20 ਘੰਟੇ ਮਿਲਦੇ ਨੇ ਮੋਰ ਦੈਨ ਸਫੀਸ਼ੈਂਟ ਉਹ ਕਮਾਉਣ ਲਈ ਤਿਆਰ ਨੇ, ਪਰ ਉਹ ਜ਼ਿਆਦਾ ਮਾਪੇ ਵੀ ਐਕਸਪੈਕਟ ਨਾ ਕਰਨ ਕਿ ਉਹਨਾਂ ਨੂੰ ਉੱਥੋਂ ਪੈਸੇ ਭੇਜਣ। ਸੋ ਉਹ ਆਪਣੀ ਪੜ੍ਹਾਈ ਕਰਨ, ਪੂਰੀ ਤਰ੍ਹਾਂ ਸਰਕਾਰ ਕੈਨੇਡਾ ਦੀ ਸਰਕਾਰ ਉਹਨਾਂ ਦੇ ਨਾਲ ਹੈ ਅਤੇ ਉਹਨਾਂ ਨੂੰ ਬਹੁਤ ਜਲਦੀ ਸਿਟੀਜ਼ਨਸ਼ਿਪ ਵੀ ਦੇਵੇਗੀ। ਕੈਮਰਾ ਪਰਸਨ ਵਿਪਨ ਸ਼ਰਮਾ ਦੇ ਨਾਲ ਜੋਤੀ ਬਹਿਲ, ਦੈਨਿਕ ਸਵੇਰਾ TV, ਅੰਮ੍ਰਿਤਸਰ। ਕੈਨੇਡਾ ਦਾ ਸਟੱਡੀ ਵੀਜ਼ਾ ਸਿਰਫ 5 ਲੱਖ ਰੁਪਏ ਦੇ ਵਿੱਚ, 5 ਲੱਖ ਰੁਪਏ ਦੇਣਾ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ, ਜਿਹਦੇ ਵਿੱਚ ਤੁਹਾਡੀ 1 ਸਾਲ ਦੀ ਕਾਲਜ ਦੀ ਫੀਸ ਇੰਕਲੂਡ ਹੈ। ਤੁਸੀਂ ਬ੍ਰਾਮਟਨ ਜਾਣਾ ਚਾਹੁੰਦੇ ਹੋ, ਸਰੀ ਜਾਣਾ ਚਾਹੁੰਦੇ ਹੋ, ਸਿਰਫ 5 ਲੱਖ ਰੁਪਏ 'ਚ ਜਾਓਗੇ, ਇਹ ਵੀ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ, 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ, ਵਸ਼ੀਕਰਨ, ਲਵ ਮੈਰਿਜ, PR, ਲੋਟਰੀ ਸੱਟਾ ਨੰਬਰ, ਸੰਤਾਨਹੀਨਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਅਤੇ 4 ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ। ਖਾਈ ਹਰ ਜਹਾਂ ਕੀ ਵੋ ਕਸਮ ਹੈ, ਤੂੰ ਅਬ ਭੂਲ ਗਈ ਵੋ ਪਲ, ਫੇ ਕਹਾਂ ਹਮ ਦੋਨੋਂ ਵੋ ਕਲ, ਹਮ ਭੂਲ ਨਾ ਪਾਏਂਗੇ, ਹਮ ਭੂਲ ਨਾ ਪਾਏਂਗੇ, ਵੋ ਪਲ ਯਾਦ of MB. My debut song is coming up on 16th of Jan, presented by Savera Music, Hum Bhool Na Payenge. Please go and subscribe to the channel of Savera Music for more updates. Thank you so much.